ਸੱਟਾਂ ਅੱਗੇ ਵੀ ਇਸੇ ਤਰ੍ਹਾਂ ਹੀ ਪਹਿਲਾਂ ਵੀ ਮੀਟਿੰਗਾਂ ਚੱਲ ਰਹੀਆਂ ਵਾ, ਜਿਸ ਤਰ੍ਹਾਂ ਪਹਿਲਾਂ ਬੇਸਿੱਟਾਂ ਰਹੀਆਂ ਮੀਟਿੰਗਾਂ, ਅੱਜ ਵੀ ਸੇਮ ਉਸੇ ਤਰ੍ਹਾਂ ਵਾ। ਪ੍ਰਸ਼ਾਸਨ ਆਪਦਾ ਅਮਲਾ ਫੈਲਾ ਲੈ ਕੇ ਆਇਆ ਸੀਗਾ ਤੇ ਉਸੇ ਨੂੰ ਅਸੀਂ ਦੇਖਦੇ ਹੋਏ ਮੀਟਿੰਗ ਹੋਈ। SDM ਸਾਹਿਬ ਆਏ ਸੀਗੇ, ਜੋ ਅਸੀਂ ਡਿਮਾਂਡਾਂ ਰੱਖੀਆਂ ਵਾ, ਜੋ ਆਮ ਕਿਸਾਨਾਂ ਦੀਆਂ ਡਿਮਾਂਡਾਂ ਪਹਿਲੇ ਤਰ੍ਹਾਂ ਵੀ, ਜੋ ਆਹ ਵੇਖੋ ਮੈਂ ਕਹਿੰਦਾ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਵੀ ਇਹਨਾਂ ਕਿਸਾਨਾਂ ਦੇ ਘਰਾਂ ਉਹਨਾਂ ਜ਼ਮੀਨਾਂ ਨੂੰ ਜਿਹੜੇ ਰਸਤੇ ਜਾਂਦੇ ਆ ਉਹਨਾਂ ਨੂੰ 1,64,00,000 ਰੁਪਇਆ ਦੇ ਦਿੱਤਾ ਵਾ, ਪੰਚਾਇਤ ਦੇ ਖਾਤੇ 'ਚ ਪਾ ਦਿੱਤਾ ਵਾ। ਪਰ ਸਾਡੀਆਂ ਜਿਹੜੀਆਂ ਉਪਜਾਊ ਜ਼ਮੀਨਾਂ ਵਾ ਉਹਨਾਂ ਦਾ ਉਹ 38,00,000 ਤੇ ਜਿਹੜੇ ਆ ਇਹ ਅੜੇ ਹੋਏ ਆ। ਪ੍ਰਸ਼ਾਸਨ ਵੀ ਕਹਿੰਦੇ ਵੀ ਆਰਬੀਟ੍ਰੇਸ਼ਨ ਤੇ ਕੇਸ ਪਾ ਦਿਓ, ਪਰ ਆਰਬੀਟ੍ਰੇਸ਼ਨ ਤੇ ਵੀ ਜਦੋਂ ਕੇਸ ਪਾਉਂਦੇ ਆ ਉੱਥੇ ਸਾਡੀਆਂ ਜਿਹੜੀਆਂ ਐਪਲੀਕੇਸ਼ਨਾਂ ਵਾ ਕੈਂਸਲ ਹੋ ਕੇ ਫਿਰ ਦੁਬਾਰਾ ਵਾਪਸ ਆ ਜਾਂਦੀਆਂ। ਅਜੇ ਵੀ ਮੈਡਮ ਬੇਸਿੱਟ ਆ ਰਹੀ ਆ, ਆਉਣ ਵਾਲੇ ਟਾਈਮ ਦੇ ਵਿੱਚ ਫਿਰ ਉਹਨਾਂ ਨੇ ਸਮਾਂ ਮੰਗਿਆ ਵਾ ਵੀ ਫਿਰ ਆਪਾਂ ਬਹਿ ਕੇ ਜਿਹੜੀ ਵਿਚਾਰ ਕਰਾਂਗੇ। ਅੱਜ ਜਿਹੜਾ ਪ੍ਰਸ਼ਾਸਨ ਉਹਨਾਂ ਕਿਹਾ ਵਾ ਵੀ ਜੋ ਅਸੀਂ ਆਏ ਆ ਤੁਹਾਡੀਆਂ ਫਸਲਾਂ ਵਾ ਉਹਨਾਂ ਨੂੰ ਕੋਈ ਨਹੀਂ ਨੁਕਸਾਨ ਕਰਦਾ। ਅੱਜ ਮਹਾਂਪੁਰਖ ਝੰਡੇਰਿਆ ਰੋਡ ਦਾ ਕਬਜ਼ਾ ਲੈਣ ਆਏ ਬਹੁਤ ਵੱਡੇ ਪੱਧਰ ਦੇ ਪੁਲਿਸ ਪ੍ਰਸ਼ਾਸਨ ਤੇ ਬਲਡੋਜ਼ਰ ਕਈ ਲੈ ਕੇ ਆਏ ਵੀ ਅੱਜ ਪਤਾ ਨਹੀਂ ਨਾ ਰੋਡ ਕੱਢ ਲੈਣਾ। ਜਦੋਂ ਸਾਡੀ ਜਹੇਬੰਦੀ ਨੂੰ ਪਤਾ ਲੱਗਾ ਵਾ ਉਸੇ ਵੇਲੇ ਜਹੇਬੰਦੀ ਦੇ ਜਿਹੜੇ ਆ ਸਾਰੇ ਆਗੂ ਜਿਹੜੇ ਉਹ ਇਕੱਠੇ ਹੋਏ ਇਹਨਾਂ ਦਾ ਵਿਰੋਧ ਕਰਨ ਵਾਸਤੇ। ਫਿਰ ਇਹਨਾਂ ਨੂੰ ਪਤਾ ਲੱਗਾ ਵੀ ਸਾਡਾ ਜਿਹੜਾ ਇਹਨਾਂ ਰੋਡ ਨਹੀਂ ਨਿਕਲਣ ਦੇਣਾ। ਫਿਰ ਇਹਨਾਂ ਨੇ ਇੱਥੇ ਮੀਟਿੰਗ ਸੱਦੀ ਆ, 2.5-2 ਘੰਟੇ ਮੀਟਿੰਗ ਹੋਈ ਆ। ਮੀਟਿੰਗ ਰਾਹੀਂ ਆਪਣਾ ਪੱਖ ਰੱਖਿਆ ਵਾ, ਉਹਨਾਂ ਨੇ ਆਪਣਾ ਰੱਖਿਆ ਵਾ। 2 SDM ਆਏ, ਤਰਨ ਤਾਰਨ ਨੂੰ SDM ਆਇਆ, ਖਡੂਰ ਸਾਹਿਬ ਦਾ SDM ਆਇਆ, ਆਪਣੇ ਡਿਪਟੀ ਸਾਹਿਬ 3 ਆਏ ਹੈਗੇ। ਫਿਰ ਉਹ ਕਹਿੰਦੇ ਆ ਵੀ ਠੀਕ ਆ ਅੱਜ ਅਸੀਂ ਵਾਪਸ ਚਲੇ ਜਾਂਦੇ ਹਾਂ, ਫਿਰ ਮੁੜ ਕੇ ਤੁਹਾਡੀ ਮੀਟਿੰਗ ਕਰਾ ਕੇ ਫਿਰ ਮਸਲਾ ਕੋਈ ਹੱਲ ਕਰਾਵਾਂਗੇ। ਹਾਈਵੇ ਅਥਾਰਟੀ ਤੋਂ ਉਹਨਾਂ ਦੇ ਪ੍ਰੋਜੈਕਟ ਡਾਇਰੈਕਟਰ ਅਬਦੁੱਲਾ ਖਾਨ ਸੀਗੇ, ਨਾਲ ਮੇਰੇ SDM ਤਰਨ ਤਾਰਨ ਸੀਗੇ, SPD ਤਰਨ ਤਾਰਨ ਸੀਗੇ, SSP ਸਰ ਆਪ ਇਹਨੂੰ ਪਰਸਨਲੀ ਸੁਪਰਵਾਈਜ਼ ਕਰਕੇ ਗਏ ਨੇ ਸ਼ੁਰੂ ਦੇ 3-4 ਘੰਟਿਆਂ ਦੇ ਵਿੱਚ। ਉਸ ਤੋਂ ਬਾਅਦ ਸਾਡੇ DSP ਸਾਹਿਬ ਸੀਗੇ ਰਵੀ ਸ਼ੇਰ ਸਿੰਘ, DSP ਗੋਇੰਦਵਾਲ ਸਾਹਿਬ, DSP ਹੈੱਡਕੁਆਟਰ ਸੀਗੇ, ਨਾਲ ਆਪਣੇ SPD ਆਪਣੇ ਅੰਮ੍ਰਿਤਸਰ ਸੀਗੇ, ਨਾਲ SPD ਅੰਮ੍ਰਿਤਸਰ ਰੂਰਲ ਮੈਮ ਸੀਗੇ। ਤਾਂ ਆਲ ਇਨ ਆਲ ਮੈਂ ਇਹ ਕਹੂੰਗਾ ਕਿ ਇਟ ਵਾਜ਼ ਜਿਹੜਾ ਐਫਰਟ ਸੀਗਾ ਉਹ ਲਾਰਜਲੀ ਫਰੂਟਫੁੱਲ ਰਿਹਾ ਫਿਲਹਾਲ ਹਲੇ ਤੱਕ। ਅਤੇ ਇੱਕ ਕਵਾਇਦ ਨਹੀਂ, ਫਿਲਹਾਲ ਆਈ ਵੁੱਡ ਸੇ ਸਿਰਫ ਝੰਡੇਰ 'ਚ ਰਿਹਾ, ਬਾਕੀ ਜਗ੍ਹਾ ਲਾਰਜਲੀ ਪੀਸਫੁਲੀ ਸਾਨੂੰ ਪੁਜ਼ੈਸ਼ਨ ਮਿਲ ਗਈ। ਤਕਰੀਬਨ ਮਤਲਬ ਐਗਜੈਕਟਲੀ ਜਿਹੜਾ ਹੈਗਾ ਉਹ ਸਾਡੀ ਸਰਵੇਅਰ ਟੀਮ ਸਾਨੂੰ ਸ਼ਾਮ ਤੱਕ ਦੱਸ ਦੇਗੀ। ਜਿੱਥੇ ਤੱਕ ਮੇਰਾ ਅੰਦਾਜ਼ਾ ਤਕਰੀਬਨ 2.3 ਕਿਲੋਮੀਟਰ ਸਾਨੂੰ ਮਿਲ ਚੁੱਕੀ ਹੈ ਪੁਜ਼ੈਸ਼ਨ। ਅਗਲੀ ਮੀਟਿੰਗ ਅਸੀਂ ਪਹਿਲਾਂ ਜਿਹੜੇ ਕਿਸਾਨਾਂ ਨੇ ਅੱਜ ਸਾਡੇ ਮੂਹਰੇ ਕੁਛ ਇਸ਼ੂਜ਼ ਰੇਜ਼ ਕੀਤੇ ਨੇ, ਵੀ ਵਿਲ ਟੇਕ ਇਟ ਅਪ ਵਿਦ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ, ਅਤੇ ਉਹਦੇ ਮੁਤਾਬਿਕ ਇਹਨਾਂ ਦੇ ਨਾਲ ਅਸੀਂ ਕਿੱਦਾਂ ਨੈਗੋਸ਼ੀਏਟ ਕਰਕੇ ਰਿਜ਼ੋਲਵ ਕਰ ਸਕਦੇ ਹਾਂ ਅਸੀਂ ਉਹਦੇ ਬੇਸਿਸ 'ਤੇ ਕਰਾਂਗੇ। ਸੱਟਾਂ ਅੱਗੇ ਵੀ ਇਸੇ ਤਰ੍ਹਾਂ ਹੀ ਪਹਿਲਾਂ ਵੀ ਮੀਟਿੰਗਾਂ ਚੱਲ ਰਹੀਆਂ ਵਾ, ਜਿਸ ਤਰ੍ਹਾਂ ਪਹਿਲਾਂ ਬੇਸਿੱਟਾਂ ਰਹੀਆਂ ਮੀਟਿੰਗਾਂ, ਅੱਜ ਵੀ ਸੇਮ ਉਸੇ ਤਰ੍ਹਾਂ ਵਾ। ਪ੍ਰਸ਼ਾਸਨ ਆਪਦਾ ਅਮਲਾ ਫੈਲਾ ਲੈ ਕੇ ਆਇਆ ਸੀਗਾ ਅਤੇ ਉਸੇ ਨੂੰ ਅਸੀਂ ਦੇਖਦੇ ਹੋਏ ਮੀਟਿੰਗ ਹੋਈ। SDM ਸਾਹਿਬ ਆਏ ਸੀਗੇ, ਜੋ ਅਸੀਂ ਡਿਮਾਂਡਾਂ ਰੱਖੀਆਂ ਵਾ, ਜੋ ਆਮ ਕਿਸਾਨਾਂ ਦੀਆਂ ਡਿਮਾਂਡਾਂ ਪਹਿਲੇ ਤਰ੍ਹਾਂ ਵੀ, ਜੋ ਆਹ ਵੇਖੋ ਮੈਂ ਕਹਿੰਦਾ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਵੀ ਇਹਨਾਂ ਕਿਸਾਨਾਂ ਦੇ ਘਰਾਂ ਉਹਨਾਂ ਜ਼ਮੀਨਾਂ ਨੂੰ ਜਿਹੜੇ ਰਸਤੇ ਜਾਂਦੇ ਆ ਉਹਨਾਂ ਨੂੰ 1,64,00,000 ਰੁਪਇਆ ਦੇ ਦਿੱਤਾ ਵਾ, ਪੰਚਾਇਤ ਦੇ ਖਾਤੇ 'ਚ ਪਾ ਦਿੱਤਾ ਵਾ। ਪਰ ਸਾਡੀਆਂ ਜਿਹੜੀਆਂ ਉਪਜਾਊ ਜ਼ਮੀਨਾਂ ਵਾ ਉਹਨਾਂ ਦਾ ਉਹ 38,00,000 ਤੇ ਜਿਹੜੇ ਆ ਇਹ ਅੜੇ ਹੋਏ ਆ। ਪ੍ਰਸ਼ਾਸਨ ਵੀ ਕਹਿੰਦੇ ਵੀ ਆਰਬੀਟ੍ਰੇਸ਼ਨ ਤੇ ਕੇਸ ਪਾ ਦਿਓ, ਪਰ ਆਰਬੀਟ੍ਰੇਸ਼ਨ ਤੇ ਵੀ ਜਦੋਂ ਕੇਸ ਪਾਉਂਦੇ ਆ ਉੱਥੇ ਸਾਡੀਆਂ ਜਿਹੜੀਆਂ ਐਪਲੀਕੇਸ਼ਨਾਂ ਵਾ ਕੈਂਸਲ ਹੋ ਕੇ ਫਿਰ ਦੁਬਾਰਾ ਵਾਪਸ ਆ ਜਾਂਦੀਆਂ। ਅਜੇ ਵੀ ਮੈਡਮ ਬੇਸਿੱਟ ਆ ਰਹੀ ਆ, ਆਉਣ ਵਾਲੇ ਟਾਈਮ ਦੇ ਵਿੱਚ ਫਿਰ ਉਹਨਾਂ ਨੇ ਸਮਾਂ ਮੰਗਿਆ ਵਾ ਵੀ ਫਿਰ ਆਪਾਂ ਬਹਿ ਕੇ ਜਿਹੜੀ ਵਿਚਾਰ ਕਰਾਂਗੇ। ਅੱਜ ਜਿਹੜਾ ਪ੍ਰਸ਼ਾਸਨ ਉਹਨਾਂ ਕਿਹਾ ਵਾ ਵੀ ਜੋ ਅਸੀਂ ਆਏ ਆ ਤੁਹਾਡੀਆਂ ਫਸਲਾਂ ਵਾ ਉਹਨਾਂ ਨੂੰ ਕੋਈ ਨਹੀਂ ਨੁਕਸਾਨ ਕਰਦਾ। ਅੱਜ ਮਹਾਂਪੁਰਖ ਝੰਡੇਰਿਆ ਰੋਡ ਦਾ ਕਬਜ਼ਾ ਲੈਣ ਆਏ ਬਹੁਤ ਵੱਡੇ ਪੱਧਰ ਦੇ ਪੁਲਿਸ ਪ੍ਰਸ਼ਾਸਨ ਤੇ ਬਲਡੋਜ਼ਰ ਕਈ ਲੈ ਕੇ ਆਏ ਵੀ ਅੱਜ ਪਤਾ ਨਹੀਂ ਨਾ ਰੋਡ ਕੱਢ ਲੈਣਾ। ਜਦੋਂ ਸਾਡੀ ਜਹੇਬੰਦੀ ਨੂੰ ਪਤਾ ਲੱਗਾ ਵਾ ਉਸੇ ਵੇਲੇ ਜਹੇਬੰਦੀ ਦੇ ਜਿਹੜੇ ਆ ਸਾਰੇ ਆਗੂ ਜਿਹੜੇ ਉਹ ਇਕੱਠੇ ਹੋਏ ਇਹਨਾਂ ਦਾ ਵਿਰੋਧ ਕਰਨ ਵਾਸਤੇ। ਫਿਰ ਇਹਨਾਂ ਨੂੰ ਪਤਾ ਲੱਗਾ ਵੀ ਸਾਡਾ ਜਿਹੜਾ ਇਹਨਾਂ ਰੋਡ ਨਹੀਂ ਨਿਕਲਣ ਦੇਣਾ। ਫਿਰ ਇਹਨਾਂ ਨੇ ਇੱਥੇ ਮੀਟਿੰਗ ਸੱਦੀ ਆ, 1.5-2 ਘੰਟੇ ਮੀਟਿੰਗ ਹੋਈ ਆ। ਮੀਟਿੰਗ ਰਾਹੀਂ ਆਪਣਾ ਪੱਖ ਰੱਖਿਆ ਵਾ,
ਉਹਨਾਂ ਨੇ ਆਪਣਾ ਰੱਖਿਆ ਵਾ। ਦੋ ਐਸ ਡੀ ਐਮ ਆਏ, ਤਰਨ ਤਾਰਨ ਐਸ ਡੀ ਐਮ ਆਇਆ, ਖਡੂਰ ਸਾਹਿਬ ਦਾ ਐਸ ਡੀ ਐਮ ਆਇਆ, ਆਪਣੇ ਡਿਪਟੀ ਸਾਹਿਬ ਤਿੰਨ ਆਏ ਹੈਗੇ। ਫਿਰ ਉਹ ਕਹਿੰਦੇ ਆ ਵੀ ਠੀਕ ਆ, ਅੱਜ ਅਸੀਂ ਵਾਪਸ ਚਲੇ ਜਾਂਦੇ ਹਾਂ, ਫਿਰ ਮੁੜ ਕੇ ਤੁਹਾਡੀ ਮੀਟਿੰਗ ਕਰਾ ਕੇ ਫਿਰ ਮਸਲਾ ਕੋਈ ਹੱਲ ਕਰਾਵਾਂਗੇ। ਹਾਈਵੇ ਅਥਾਰਟੀ ਤੋਂ ਉਹਨਾਂ ਦੇ ਪ੍ਰੋਜੈਕਟ ਡਾਇਰੈਕਟਰ ਅਬਦੁੱਲਾ ਖਾਨ ਸੀਗੇ, ਨਾਲ ਮੇਰੇ ਐਸ ਡੀ ਐਮ ਤਰਨ ਤਾਰਨ ਸੀਗੇ, ਐਸ ਪੀ ਡੀ ਤਰਨ ਤਾਰਨ ਸੀਗੇ, ਐਸ ਐਸ ਪੀ ਸਰ ਆਪ ਇਹਨੂੰ ਪਰਸਨਲੀ ਸੁਪਰਵਾਈਜ਼ ਕਰਕੇ ਗਏ ਨੇ ਸ਼ੁਰੂ ਦੇ 3 ਤੋਂ 4 ਘੰਟਿਆਂ ਦੇ ਵਿੱਚ। ਉਸ ਤੋਂ ਬਾਅਦ ਸਾਡੇ ਡੀ ਐਸ ਪੀ ਸਾਹਿਬ ਸੀਗੇ ਰਵੀ ਸ਼ੇਰ ਸਿੰਘ, ਡੀ ਐਸ ਪੀ ਗੋਇੰਦਵਾਲ ਸਾਹਿਬ, ਡੀ ਐਸ ਪੀ ਹੈੱਡਕੁਆਰਟਰ ਸੀਗੇ, ਨਾਲ ਆਪਣੇ ਐਸ ਪੀ ਡੀ ਆਪਣੇ ਅੰਮ੍ਰਿਤਸਰ ਸੀਗੇ, ਨਾਲ ਐਸ ਪੀ ਡੀ ਅੰਮ੍ਰਿਤਸਰ ਰੂਰਲ ਮੈਮ ਸੀਗੇ। ਆਲ ਇਨ ਆਲ ਮੈਂ ਇਹ ਕਹੂੰਗਾ ਕਿ ਇਟ ਵਾਜ਼ ਜਿਹੜਾ ਐਫਰਟ ਸੀਗਾ ਉਹ ਲਾਰਜਲੀ ਫਰੂਟਫੁੱਲ ਰਿਹਾ ਫਿਲਹਾਲ ਹਲੇ ਤੱਕ। ਅਤੇ ਇੱਕ ਕਵਾਇਦ ਨਹੀਂ, ਫਿਲਹਾਲ ਆਈ ਵੁੱਡ ਸੇ ਸਿਰਫ ਝੰਡੇਰ 'ਚ ਰਿਹਾ, ਬਾਕੀ ਜਗ੍ਹਾ ਲਾਰਜਲੀ ਪੀਸਫੁਲੀ ਸਾਨੂੰ ਪੁਜੈਸ਼ਨ ਮਿਲ ਗਈ। ਤਕਰੀਬਨ ਮਤਲਬ ਐਗਜੈਕਟਲੀ ਜਿਹੜਾ ਹੈਗਾ ਉਹ ਸਾਡੀ ਸਰਵੇਅਰ ਟੀਮ ਸਾਨੂੰ ਸ਼ਾਮ ਤੱਕ ਦੱਸ ਦੇਗੀ। ਜਿੱਥੇ ਤੱਕ ਮੇਰਾ ਅੰਦਾਜ਼ਾ ਤਕਰੀਬਨ 2.3 ਕਿਲੋਮੀਟਰ ਸਾਨੂੰ ਮਿਲ ਚੁੱਕੀ ਹੈ। ਅਗਲੀ ਮੀਟਿੰਗ ਅਸੀਂ ਪਹਿਲਾਂ ਜਿਹੜੇ ਕਿਸਾਨਾਂ ਨੇ ਅੱਜ ਸਾਡੇ ਮੂਹਰੇ ਕੁਛ ਇਸ਼ੂਜ਼ ਰੇਜ਼ ਕੀਤੇ ਨੇ, ਵੀ ਵਿਲ ਟੇਕ ਇਟ ਅਪ ਵਿਦ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ, ਅਤੇ ਉਹਦੇ ਮੁਤਾਬਿਕ ਇਹਨਾਂ ਦੇ ਨਾਲ ਅਸੀਂ ਕਿੱਦਾਂ ਨੈਗੋਸ਼ੀਏਟ ਕਰਕੇ ਰਿਜ਼ੋਲਵ ਕਰ ਸਕਦੇ ਹਾਂ ਅਸੀਂ ਉਹਦੇ ਬੇਸਿਸ 'ਤੇ ਕਰਾਂਗੇ।